ਇਹ ਮਾਮਲਾ ਇਹ ਹੈ ਜੀ, ਕੱਲ੍ਹ ਇੱਕ ਲੇਡੀ ਨੇ ਮੋਦੇ ਪਿੰਡ ਤੋਂ ਕੰਪਲੇਂਟ ਕੀਤੀ ਸੀਗੀ ਕਿ ਉਹਨਾਂ ਦਾ ਬੱਚਾ DAV ਸਕੂਲ ਅਟਾਰੀ ਪੜ੍ਹਦਾ, 4 ਸਾਲ ਉਹਦੀ ਏਜ ਆ, ਔਰ ਇਹਦੇ ਨਾਲ ਮੋਲੈਸਟੇਸ਼ਨ ਹੋਈ ਹੈ, ਔਰ ਉਹਨਾਂ ਦੀ ਸਟੇਟਮੈਂਟ ਦੇ ਅਕੋਰਡਿੰਗ SHO ਕਰਿੰਡਾ ਨੇ ਕੇਸ ਰਜਿਸਟਰ ਕੀਤਾ FIR ਨੰਬਰ 120। ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਇੱਕ ਟੀਚਰ ਦਾ ਨਾਮ ਨੋਮੀਨੇਟ ਕੀਤਾ, ਉਹ ਅਸੀਂ ਟੀਚਰ ਔਰ ਇੱਕ ਮੇਡ ਦਾ, ਕੀ ਨਾਮ ਅਸ਼ਵਨੀ ਕੁਮਾਰ ਹੈਗਾ ਟੀਚਰ ਦਾ ਨਾਮ, ਐਂਡ ਮੇਡ ਹੈਗੀ ਕਮਲ। ਔਨ ਦਾ ਬੇਸਿਸ ਆਫ ਦੈਟ ਅਸੀਂ FIR ਰਜਿਸਟਰ ਕੀਤਾ। ਅਰੈਸਟ ਕਰ ਲਿਆ? ਨਹੀਂ, ਨੋਟ ਯੈਟ ਅਰੈਸਟ ਨਹੀਂ ਹੈ, ਬਟ ਵੀ ਆਰ ਮੇਕਿੰਗ ਆਰ ਬੈਸਟ ਐਫਰਟਸ ਟੂ ਅਰੈਸਟ।